ਹੈਲੋ, ਮੇਰਾ ਨਾਂ ਚੌਧਰੀ ਰਜਿੰਦਰ ਨਿੱਜਰ ਹੈਗਾ ਤੇ ਮੈਂ ਪਲੂਰੀ ਨਿੱਜਰ ਦਾ ਜੱਟ ਹੈਗਾ। ਜੱਟ ਮੇਰੀ ਕੌਮ ਹੈਗੀ। ਜਿਹੜੇ ਆਮ ਆਪਾਂ ਜੱਟ ਹੈਗੇ ਹਾਂ, ਬਹੁਤ ਸਾਰੇ ਜੱਟ ਹੈ, ਉਹਨਾਂ ਦਾ ਪੇਸ਼ਾ ਜਿਹੜਾ ਹੈਗਾ ਉਹ ਕਿਰਸਾਨੀ ਹੈਗਾ, ਖੇਤੀ ਕਰਨਾ। ਤੇ ਖੇਤੀ ਕੋਈ ਵੀ ਕਰ ਸਕਦਾ ਹੈਗਾ, ਚੂੜਾ ਵੀ ਕਰ ਸਕਦਾ, ਚਮਾਰ ਵੀ ਕਰ ਸਕਦਾ, ਰੋੜਾ, ਖੱਤਰੀ, ਜੱਟ, ਕੋਈ ਕਿਸੇ ਜਾਤ ਦਾ ਵੀ ਕਰ ਸਕਦਾ ਹੈਗਾ, ਪਰ ਉਹ ਜੱਟ ਨਹੀਂ ਬਣ ਸਕਦਾ। ਖੇਤੀ ਦੀ ਜਿਹੜੀ ਪ੍ਰੋਡਿਊਸ ਹੈਗੀ ਨਾ, ਜਿਹੜੀ ਆਪਣੇ ਕਣਕ ਬੀਜਦੇ ਤੇ ਕਣਕ ਪੈਦਾ ਹੁੰਦੀ, ਆਲੂ, ਇਹ ਸਾਰੇ ਇਹ ਕਿਰਸਾਨ ਸਭਾ ਦਾ ਕੰਮ ਹੈਗਾ, ਜੱਟ ਸਭਾ ਦਾ ਕੰਮ ਨਹੀਂ ਹੈਗਾ। ਜੱਟ ਸਭਾ ਦਾ ਤੇ ਜੱਟ ਕੌਮ ਨਾਲ ਹੈਗਾ ਤੁਲਕ, ਖੇਤੀ ਨਾਲ ਨਹੀਂ ਹੈ। ਖੇਤੀ ਪੇਸ਼ਾ ਹੈਗਾ। ਮੈਂ ਹੁਣ ਜਿਹੜਾ ਗਿਆਨ ਦਾ ਕਰ ਰਿਹਾ ਹੈਗਾ, ਮੈਂ ਬ੍ਰਾਹਮਣ ਵਰਨ ਦਾ ਕਰ ਰਿਹਾ, ਬ੍ਰਾਹਮਣ ਵਰਨ ਦਾ। ਮੇਰੀ ਕੌਮ ਜੱਟ ਹੈਗੀ, ਕੰਮ ਮੈਂ ਬ੍ਰਾਹਮਣ ਵਰਨ ਦਾ ਕਰ ਰਿਹਾ, ਐਜੂਕੇਸ਼ਨ ਦਾ। ਇਸ ਕਰਕੇ ਇਹ ਜੱਟ ਜਿਹੜਾ ਹੈਗਾ ਕੌਮ ਹੈਗੀ, ਖੇਤੀ ਸਾਡਾ ਆਮ ਪੇਸ਼ਾ ਹੈਗਾ। ਜਿਹੜੇ ਪੜ੍ਹ ਲਿਖ ਗਏ ਨੇ ਉਹ ਫਿਰ ਕੋਈ ਫੌਜਾਂ 'ਚ ਚਲਾ ਗਿਆ, ਕੋਈ ਐਜੂਕੇਸ਼ਨ, ਕੋਈ ਕਿਸੇ, ਉਹਨਾਂ ਨੇ ਖੇਤੀ ਘੱਟ ਕੀਤੀ ਹੈਗੀ, ਪਰ ਉਹ ਜੱਟ ਕੌਮ ਉਹੀ ਰਹੇਗੀ ਉਹਨਾਂ ਦੀ। ਜਿੱਥੇ ਵੀ ਗਏ, ਜਿਸ ਮੁਲਕ 'ਚ ਵੀ ਗਏ, ਉਹ ਜੱਟ ਕੌਮ ਦੇ ਬੰਦੇ ਨੇ, ਕਿਰਸਾਨ ਨਹੀਂ। ਕਿਰਸਾਨ ਹੁੰਦਾ ਜਿਹੜਾ ਖੇਤੀ ਕਰੇ, ਕੋਈ ਫੈਕਟਰੀ 'ਚ ਕੰਮ ਕਰਦਾ, ਕੋਈ ਉਹ ਕਰਦਾ, ਉਹਨਾਂ ਦੀ ਆਪਣੀ ਆਪਣੀ ਸਭਾ ਹੈਗੀਆਂ ਨੇ। ਅਤੇ ਮੈਂ ਹੁਣ ਅਟੈਂਡ ਕਰਦਾ ਹੁੰਦਾ ਮੀਟਿੰਗ ਆਪਣੇ ਜੱਟ ਸਭ ਇੰਡੋ ਪਾਕ ਜੱਟ ਦੀ, ਅਤੇ ਉਹਦੇ 'ਚ ਉਹ ਪਿਛਲੇ ਦੀ ਅਟੈਂਡ ਕੀਤਾ ਤਾਂ ਸਾਰੀ ਉਹ ਕਣਕ ਕਿੱਦਾਂ ਵੇਚਣੀ ਹੈਗੀ, ਬਾਕੀ ਜਿਹੜੇ ਦੁੱਧ ਕਿੱਦਾਂ ਵੇਚਣਾ ਹੈਗਾ, ਇਹ ਕੋਈ ਜੱਟਾਂ ਦਾ ਕੰਮ ਹੈਗਾ, ਇਹ ਤਾਂ ਕਿਸਾਨਾਂ ਦਾ ਕੰਮ ਹੈਗਾ। ਇਸ ਕਰਕੇ ਜਿਹੜੇ ਮਨ ਦੇ ਅੰਨੇ ਹੁੰਦੇ ਨਾ, ਉਹ ਇੱਦਾਂ ਦੀਆਂ ਗੱਲਾਂ ਕਰਦੇ ਨੇ। ਅਤੇ ਜੇ ਉਹਨਾਂ ਨੂੰ ਕਹੋ ਵੀ ਜੱਟ ਇਕੱਠੇ ਹੋਣ ਦੀ ਕਰੋ, ਤਾਂ ਉਹ ਨਹੀਂ ਕਰਨਾ ਹੈਗਾ, ਇੱਦਾਂ ਹੀ ਟਾਈਮ ਜ਼ਾਇਆ ਕਰ ਦਿੰਦੇ ਨੇ। ਹੈਲੋ ਹੈਲੋ ਹੈਲੋ, ਇਸ ਤਰ੍ਹਾਂ ਹੀ ਟਾਈਮ ਜ਼ਾਇਆ ਕਰ ਦਿੰਦੇ ਨੇ। ਅਤੇ ਇਹ ਹੈਗੀ ਅਕਲ, ਇਹ ਜਿਹੜਾ ਹੈਗਾ ਕਿਰਸਾਨੀ ਜਿਹੜੀ ਹੈਗੀ ਉਹ ਤੁਸੀਂ ਕੋਪਰੇਟਿਵ ਚਲਾਓ। ਜਿੱਦਾਂ ਇੰਗਲੈਂਡ 'ਚ ਹੈਗਾ, ਹੋਰਾਂ ਮੁਲਕਾਂ 'ਚ ਹੈਗੇ, ਉਹਨਾਂ ਨੇ ਬਣਾਏ ਹੈਗੇ ਆਪਣੇ ਸਾਧਨ ਬਣਾਏ ਨੇ ਮਾਰਕੀਟਿੰਗ ਦੇ, ਉੱਦਾਂ ਉਹਨਾਂ ਦੀ ਨਕਲ ਕਰੋ। ਚੰਗੇ ਜਿਹੜੇ ਉਹਨਾਂ ਦੇ ਸਿਧਾਂਤ ਉਹਨਾਂ ਨੂੰ ਰੱਖੋ, ਜਿਹੜੇ ਮੰਦੇ ਉਹਨਾਂ ਨੂੰ ਨਾ ਰੱਖੋ। ਉਹਦੀ ਜਿਹੜੀ ਕਿਸਾਨ ਸਭਾ ਹੋਣੀ ਚਾਹੀਦੀ, ਉਹਨੂੰ ਇਹ ਸਾਰਾ ਡਿਸਕਸ ਕਰਨਾ ਚਾਹੀਦਾ। ਹੁਣ ਜਿਹੜਾ ਜਿਹੜਾ ਜ਼ਮੀਨ ਦਾ ਕੰਮ ਹੈਗਾ, ਇਹ ਜੱਟਾਂ, ਇਹ ਸਾਰੀਆਂ ਕੌਮਾਂ ਦਾ ਕੰਮ ਹੈਗਾ। ਜੱਟ ਵੀ ਖੇਤੀ ਕਰਦੇ ਨੇ, ਉਹਨਾਂ ਦੀ ਵੀ ਜ਼ਮੀਨ ਹੈਗੀ, ਰੋੜਿਆਂ ਦੀ ਵੀ ਜ਼ਮੀਨ, ਖੱਤਰੀਆਂ ਦੀ ਵੀ, ਉਹ ਸਾਰੇ ਜ਼ਮੀਨ ਜਿਹੜੀ ਹੈਗੀ ਉਹ ਉਹਨਾਂ ਦਾ ਝਗੜਾ ਹੈਗਾ। ਅਤੇ ਬਾਹਲੇ ਆਪਾਂ ਜੱਟ ਕੌਮ ਦੇ ਲੋਕ ਹੈਗੇ ਜਿਹੜਾ, ਜਿਹਨਾਂ ਦੀ ਜ਼ਮੀਨ ਹੈਗੀਆਂ ਨੇ। ਇਸ ਕਰਕੇ ਤੁਸੀਂ ਨਖੇੜਾ ਰੱਖੋ, ਆਪਣੀ ਜੱਟ ਕੌਮ ਨੂੰ ਇਕੱਠਾ ਕਰੋ, ਇੰਡੀਆ ਅਤੇ ਪਾਕਿਸਤਾਨ ਦਾ। ਜੇ ਤੁਹਾਡੇ 'ਚ ਯੂਨਿਟੀ ਹੋਏਗੀ ਅਤੇ ਆਪਸ ਵਿੱਚ ਨਾ ਲੜੋਗੇ ਤਾਂ ਆਰਾਮ ਨਾਲ ਤੁਸੀਂ ਰਹੋਗੇ, ਉਹਦੇ ਨਾਲ ਤੁਹਾਡੀ ਖੁਸ਼ਹਾਲੀ ਹੋਏਗੀ। ਹੁਣ ਜਿਹੜੇ ਹੈਗੇ ਬਾਰਡਰ 'ਤੇ ਜਿਹੜੇ ਪਿੰਡ ਹੈਗੇ ਨੇ ਜੱਟਾਂ ਦੇ, ਉਹ ਇੱਕ ਦੂਜੇ ਤੋਂ ਡਰਦੇ ਨੇ, ਕਿਤੇ ਗੋਲੀ ਉੱਧਰੋਂ ਨਾ ਜਾਵੇ, ਉੱਧਰੋਂ ਨਾ ਜਾਵੇ। ਜੇ ਉਹਨਾਂ ਨੂੰ ਤੁਸੀਂ ਬੈਨਰ ਬਣਾ ਕੇ ਦੱਸੋ, ਲਾਓ ਵੀ ਅਸੀਂ ਜੱਟ ਇੱਕ ਹੈਗੇ ਹਾਂ, ਉਹ ਗੋਲੀ ਵਗੈਰਾ ਚਲੀ ਜਾਏਗੀ, ਉਹ ਜਿਹੜਾ ਬਾਰਡਰ ਖੁਰ ਜਾਣਾ ਹੈਗਾ, ਆਪੇ ਖੁਰ ਜਾਣਾ ਹੈਗਾ। ਤੁਹਾਨੂੰ ਗੌਰਮੈਂਟ ਜਿਹੜੇ ਇਹ ਲਾਲਿਆਂ ਦੀ ਹੈਗੀ, ਦੋਨੋਂ ਪਾਸੇ ਉੱਧਰ ਸ਼ੇਖ ਹੈਗੇ ਅਤੇ ਇੱਧਰ ਸ਼ੇਖ ਜਿਹੜੇ ਹੈਗੇ ਨੇ, ਇਹ ਖੱਤਰੀਆਂ ਦੇ ਉਸਤਾਦ ਹੈਗੇ ਨੇ। ਜਿਸ ਸੂਤ ਦਾ ਕੁਛ ਨਾ ਬਣੇ ਉਹਦਾ ਬਣੇ ਖੇਸ, ਜਿਹਦੀ ਕੋਈ ਜਾਤ ਨਾ ਉਹ ਸ਼ੇਖ। ਇੱਕ ਆਦਮੀ ਜਿਹੜਾ ਕੰਜਰੀ ਦੇ ਪੇਟ 'ਚ ਪੈਦਾ ਹੋਇਆ ਸੀ, ਉਸ ਨੇ ਇਹ ਸ਼ੇਰ ਮੇਰੇ ਫਾਦਰ ਨੂੰ ਦੱਸਿਆ ਸੀਗਾ। ਫਿਰ ਹੈਗਾ ਸ਼ੇਖ ਔਰ ਸ਼ੈਤਾਨ ਦਾ ਰੁਤਬਾ ਏਕ ਹੈ, ਪਰ ਸ਼ੈਤਾਨ ਉਹ ਜਿਹੜਾ ਕੰਜਰੀ ਦੇ ਪੇਟ 'ਚ ਪੈਦਾ ਹੁੰਦਾ ਜਾਂ ਦਾਸੀਆਂ ਦੇ ਪੇਟ 'ਚ ਹਰਾਮੀ ਪੈਦਾ ਹੁੰਦੇ ਨੇ, ਉਹ ਇੱਕ ਭਗਤ ਬਣ ਸਕਦੇ ਨੇ। ਪਰ ਜਿਹੜਾ ਖੱਤਰੀ ਜਿਹੜਾ ਹੈ ਨਾ, ਜਿਹੜੀ ਕੌਮ ਬਦਲ ਕੇ ਸ਼ੇਖ ਕਲਾਉਂਦਾ ਨਾ, ਉਹ ਪੱਕਾ ਹਰਾਮੀ ਹੁੰਦਾ, ਉਹ ਨਹੀਂ ਬਣ ਸਕਦਾ। ਪਰ ਸ਼ੈਤਾਨ ਸ਼ੇਖ ਸੇ ਕਦਰੇ ਨੇਕ ਹੈ। ਇੱਦਾਂ ਦੀਆਂ ਕਈ ਕਹਾਵਤਾਂ ਨੇ, ਉਹ ਮੈਨੂੰ ਲਿਖ ਕੇ ਦੱਸੋ, ਮੈਂ ਇੱਕ ਵੀਡੀਓ ਬਣਾਉਣਾ ਹੈਗਾ ਉਸ 'ਤੇ।
ਤੇ ਪਹਿਲੇ ਥੇ ਹਮ ਨੀਮ ਚੁੜਾਹੇ ਫਿਰ ਬਣ ਗਏ ਹਮ ਦਰਜੀ ਚਲਤੇ ਫਿਰਤੇ ਸੈਯਦ ਬਣ ਗਏ ਅੱਗੇ ਅੱਲਾ ਦੀ ਮਰਜ਼ੀ। ਏਦਾਂ ਦੀਆਂ ਕਈ ਕਹਾਵਤਾਂ ਨੇ, ਉਹ ਮੈਨੂੰ ਸਾਰੀਆਂ ਭੇਜੋ ਤੇ ਮੈਂ ਉਹਨਾਂ ਦਾ ਵੀਡੀਓ ਬਣਾਵਾਂ। ਤੇ ਬਾਕੀ ਹੈਗਾ ਜਿਹੜਾ ਹੈਗਾ ਖੇਤੀ ਦਾ ਹੈਗਾ, ਤੁਸੀਂ ਜਿੱਦਾਂ ਚੌਧਰੀ ਛੋਟੂ ਰਾਮ ਨੇ ਦੋਨੋਂ ਜੋੜੇ ਹੋਏ ਸੀਗੇ, ਜੱਟ ਸਭਾ ਤੇ ਕਿਸਾਨ ਸਭਾ, ਉਹਨੇ ਤੁਸੀਂ ਜਿਹੜੇ ਸੀਗੇ ਨਾ ਬਣਾਏ ਹੋਏ, ਉਹਨੇ ਜਿਹੜੀ ਨੀਂਹ ਰੱਖੀ ਨਾ ਉਹਦੇ 'ਤੇ ਉਸਾਰੀ ਕਰੋ, ਨਵੀਆਂ ਨੀਂਹਾਂ ਨਾ ਚੁਣੋ, ਉਹ ਨੀਂਹ ਜਿਹੜੀ ਮਸ਼ਹੂਰ ਹੈਗੀ ਅਤੇ ਉਹਦੇ ਨਾਲ ਤੁਸੀਂ ਆਸਾਨੀ ਨਾਲ ਜੱਟ ਸਭਾ ਅਤੇ ਜਿਹਦੇ 'ਚ ਸਾਰੇ ਜੱਟ ਇਕੱਠੇ ਹੋਣਗੇ ਪਾਕਿਸਤਾਨ ਅਤੇ ਇੰਡੀਆ ਦੇ, ਜਿਹੜੀਆਂ ਬਾਰਡਰ 'ਤੇ ਇੱਕ ਦੂਏ ਨੂੰ ਗੋਲੀਆਂ ਮਾਰਦੇ ਆ ਨਾ, ਉਹ ਹਟ ਜਾਓਗੇ ਤੁਸੀਂ। ਹਰ ਇੱਕ ਜੱਟ ਆਪਣੇ ਜਿਹੜਾ ਫੌਜੀ ਜੱਟ ਹੈਗਾ ਖਾਸ ਕਰਕੇ, ਇੱਕ ਛੋਟਾ ਜਿਹਾ ਬਲੈਕ ਕਾਰਡ ਬਣਾ ਕੇ ਰੱਖੇ ਵਿੱਚ ਬੋਝੇ 'ਚ ਪਾ ਕੇ ਰੱਖੇ, ਜਦੋਂ ਉਹਨੂੰ ਬਾਰਡਰ 'ਤੇ ਕਰਦੇ ਨੇ ਉਦੋਂ ਉਹ ਬਲੈਕ ਕਾਰਡ ਦਿਖਾਲੇ ਵੀ ਮੈਂ ਸਿੱਧੂ ਜੱਟ ਹੈਗਾ, ਮੈਂ ਰੰਧਾਵਾ ਜੱਟ ਹੈ, ਮੈਂ ਚੀਮਾ ਜੱਟ ਹੈਗਾ, ਕਿਹੜਾ ਜੱਟ ਹੈਗਾ। ਉਹ ਦੂਜਾ ਜੱਟ ਜਿਹੜਾ ਉੱਧਰ ਇੰਡੀਆ 'ਚ ਹੋਊਗਾ ਗੋਲੀ ਨਹੀਂ ਮਾਰੇਗਾ ਇੱਕ ਦੂਏ ਨੂੰ। ਇਸੇ ਤਰ੍ਹਾਂ ਇੰਡੀਆ ਦੇ ਵੀ ਫੌਜੀ ਆਪਣੇ ਰੱਖਣ, ਦਿਖਾਲਣ ਕਿ ਮੈਂ ਫਲਾਨਾ ਜੱਟ ਹੈਗਾ। ਇਸੇ ਤਰ੍ਹਾਂ ਤੇ ਮੈਂ ਕਹਿੰਦਾ ਪਿੰਡਾਂ ਵਿੱਚ ਤੁਸੀਂ ਇਹ ਇਸ਼ਤਿਹਾਰ ਵੰਡੋ ਕਿ ਅਸੀਂ ਜੱਟ ਇੱਕ ਹੈਗੇ ਹਾਂ। ਉਹ ਜਦੋਂ ਪਿੰਡਾਂ 'ਚ ਤੁਸੀਂ ਵੰਡੋਗੇ, ਉਹਨਾਂ ਨੇ ਉਹਨਾਂ ਫੌਜੀਆਂ ਨੂੰ ਦੱਸਣਾ ਉਹ ਤਾਂ ਸਾਡੇ ਭਰਾ ਹੈਗੇ ਤੇ ਜੱਟ ਹੈਗੇ, ਖਬਰਦਾਰ ਉਹਨਾਂ ਨੂੰ ਗੋਲੀ ਮਾਰੀ ਤਾਂ, ਉਹਨਾਂ ਨੇ ਉਹਨਾਂ ਨੂੰ ਮਾਰਨ ਨਹੀਂ ਦੇਣਾ, ਰੋਕ ਕੇ ਰੱਖਣਾ ਹੈਗਾ। ਅਤੇ ਇਸ ਤਰ੍ਹਾਂ ਤੁਸੀਂ ਆਪਣਾ ਪਿਓ ਸਾਂਭੋ, ਪਿਓ ਸਾਂਭੋਗੇ ਤਾਂ ਤਾਕਤ ਆਏਗੀ, ਤਾਕਤ ਆਏਗੀ ਤਾਂ ਤੁਸੀਂ ਪੋਲੀਟਿਕਸ 'ਚ ਹਿੱਸਾ ਲਵੋਗੇ। ਪੋਲੀਟਿਕਸ ਜਿਹੜੀਆਂ ਕੌਮਾਂ ਦੀਆਂ ਹੈਗੀਆਂ, ਕੌਮ ਤਾਂ ਸਾਡੀ ਜੱਟ ਹੈਗੀ, ਉੱਥੇ ਜਾ ਕੇ ਤੁਸੀਂ ਕੋਈ ਮੁਸਲਿਮ ਲੀਗ ਨੂੰ ਦੇ ਆਉਂਦਾ ਵੋਟ, ਕੋਈ ਅਕਾਲੀ ਦਲ ਨੂੰ ਦੇ ਆਉਂਦਾ ਹੈਗਾ। ਉਹ ਜਦੋਂ ਆ ਘਰ ਜਿਹੜਾ ਹੈਗਾ, ਘਰ ਤੇ ਬਾਹਰ ਖੇਤੀ ਵਗੈਰਾ ਖੇਤ ਹੈਗੇ ਨੇ, ਘਰ ਜਿਹੜਾ ਉਹ ਤਾਂ ਜੱਟ ਦੀ ਜ਼ਮੀਨ ਹੈਗੀ, ਜੱਟ ਦੀ ਰਾਖੀ ਵੀ ਜੱਟ ਨੇ ਰੱਖਣੀ ਨਾ। ਦੇ ਆਉਂਦੇ ਹਾਂ ਉੱਥੇ ਅਕਾਲੀ ਦਲ ਨੂੰ ਜਾਂ ਮੁਸਲਿਮ ਲੀਗ ਨੂੰ, ਉਹ ਕਿਹੜੇ ਹੈਗੇ ਨੇ, ਕੌਮਾਂ ਹੈਗੀਆਂ ਨੇ, ਕੋਈ ਕੌਮਾਂ ਨਹੀਂ ਹੈਗੀਆਂ। ਉਹਨਾਂ ਦੇ ਬਾਰੇ ਹਜ਼ਰਤ ਮੁਹੰਮਦ ਸਾਹਿਬ ਨੇ ਨਾ ਆਪਣੇ ਜਿਹੜੇ ਸੀ ਨਾ ਇਬਰਾਹਿਮ, ਉਹਨੇ ਹੱਜ ਦਾ ਰਾਈਟ ਬਣਾਇਆ ਹੈਗਾ, ਆਹ ਹੱਜ ਦਾ ਹੈਗਾ। ਜਦੋਂ ਤੁਸੀਂ ਵੋਟ ਦਿੰਦੇ ਅਕਾਲੀਆਂ ਨੂੰ ਜਾਂ ਮੁਸਲਿਮ ਲੀਗ ਨੂੰ ਜਾਂ ਕਾਂਗਰਸ ਨੂੰ ਜਾਂ ਕਿਸੇ ਕੰਜ਼ਰਵੇਟਿਵ ਲੇਬਰ ਕੋਈ ਵੀ ਦਿੰਦੇ, ਆਹ ਹੈਗੀਆਂ ਉਹ ਨਾਨ ਰਿਲੀਜੀਅਸ ਪਾਰਟੀਆਂ, ਇਹ ਹਰਾਮੀ ਹੈਗੇ ਨੇ, ਕੌਮ ਆਪਣੀ ਬਦਲ ਲੈਂਦੇ ਨੇ। ਇਹ ਕੌਮ ਦਾ ਕੰਮ ਹੈ, ਇਹ ਆਪਣੀ ਕੌਮ ਸਿੱਖ ਕੌਮ ਬਣਾ ਲੈਂਦੇ ਨੇ, ਜਦੋਂ ਮੁਸਲਿਮ ਲੀਗ ਨੂੰ ਦਿੱਤੀ ਆਪਣੀ ਕੌਮ ਮੁਸਲਿਮ ਲੀਗ ਮੁਸਲਿਮ ਬਣਾ ਲਈ। ਮੋਰਸੀ ਪ੍ਰੈਜੀਡੈਂਟ ਸੀਗਾ, ਮੁਸਲਿਮ ਬ੍ਰਦਰਹੁੱਡ ਚਲਾਉਣ ਲੱਗਾ ਸੀਗਾ ਉੱਥੇ ਇਜਿਪਟ ਵਿੱਚ, ਉਹਨਾਂ ਨੇ ਉਹਨੂੰ ਜੇਲ੍ਹ 'ਚ ਪਾ ਕੇ ਜਾਂ ਮਾਰ ਦਿੱਤਾ, ਬਾਹਰ ਨਹੀਂ ਨਿਕਲਣ ਦਿੱਤਾ। ਉਹ ਹੈਗੇ ਇਸਮਾਇਲ ਦੇ ਪੁੱਤਰ, ਇਸਮਾਇਲ ਦੇ ਪੁੱਤਰ ਆਦਮ ਨੂੰ, ਆਦਮ ਦੀ ਕਦਰ ਕਰਦੇ ਨੇ, ਆਦਮ ਦੀ ਪੂਜਾ ਕਰਦੇ ਸੀਗੇ। ਅਤੇ ਜਿਹੜੇ ਜੂ ਹੈਗੇ ਇਹ ਸਪਿਰਚੁਐਲਿਟੀ ਸੀਗੇ, ਇਹਨਾਂ ਨੇ ਗੰਦ ਪਾਇਆ ਸਾਰੀ ਦੁਨੀਆ 'ਚ। ਅਤੇ ਇਸ ਕਰਕੇ ਤੁਸੀਂ ਆਪਣੇ ਪਿਓ ਨੂੰ ਯਾਦ ਰੱਖੋ, ਇਹਨੂੰ ਵੋਟ ਦਿੱਤੀ, ਹਿੰਦੂ ਜੱਟ ਸਿੱਖ ਜੱਟ ਮੁਸਲਿਮ ਜੱਟ ਕੋਈ ਕੌਮਾਂ ਨਹੀਂ ਹੈਗੀਆਂ। ਉਹ ਤੁਸੀਂ ਆਹ ਸ਼ੈਤਾਨ ਦੇ ਪੁੱਤਰ ਬਣ ਕੇ ਅਤੇ ਇੱਕ ਦੂਜੇ ਦੇ ਮਰਦੇ ਆ, ਜਿੱਦਾਂ 1947 'ਚ ਮਾਰਿਆ ਸੀ ਅਤੇ 1984 'ਚ ਮਾਰਿਆ ਸੀਗਾ। ਇੱਦਾਂ ਤਾਂ ਹੁਣ ਜਿਹੜਾ ਦੁਨੀਆ 'ਚ ਹੋਣ ਵਾਲਾ ਹੈਗਾ ਗਦਰ, 2023 ਵਿੱਚ ਐਟੋਮਿਕ ਵਾਰ ਲੱਗਣ ਦੀ ਅੰਦੇਸ਼ਾ ਹੈਗਾ, 14 ਮਈ 2023 ਜਦੋਂ ਇਜ਼ਰਾਈਲ 75 ਸਾਲ ਦਾ ਹੋਇਆ। ਇਜ਼ਰਾਈਲ ਜਿਹੜਾ ਹੈਗਾ ਇੱਕ ਲੋਕ ਹੈਗੇ ਨੇ ਜਿਹਨਾਂ ਤੋਂ ਆਪਾਂ ਸਬਕ ਲੈਂਦੇ ਹਾਂ। ਮੈਂ ਇੱਕ ਵੀਡੀਓ ਬਣਾਇਆ ਰਾਤ ਕੱਲ੍ਹ, ਉਹ ਮੈਂ ਇੱਥੇ ਵਿੱਚ ਪਾ ਦਿਆਂਗਾ, ਲੰਬਾ ਵੀਡੀਓ ਹੈਗਾ, ਉਹ ਤੁਸੀਂ ਦੇਖੋ, ਇੱਕ 1.5 ਘੰਟੇ ਦਾ ਵੀਡੀਓ ਹੈਗਾ, ਉਹ ਤੁਸੀਂ ਦੇਖੋ, ਉਹਦੇ ਤੋਂ ਤੁਹਾਨੂੰ ਪਤਾ ਲੱਗੇਗਾ ਕਿ ਇਹ ਜਿਹੜੇ ਚੁਣੇ ਲੋਕ ਹੈਗੇ ਇਹਨਾਂ ਤੋਂ ਆਪਾਂ ਨੂੰ ਕੀ ਸਬਕ ਮਿਲਦੇ ਨੇ। ਅੱਜ ਇਹ ਸ਼ੈਤਾਨਾਂ ਦੇ ਪੁੱਤਰ ਹੈਗੇ ਨੇ, ਅਤੇ ਬਾਈਬਲ ਵਿੱਚ ਲਿਖਿਆ ਜਦੋਂ ਕਲਯੁਗ ਦਾ ਅਖੀਰ ਆ, ਇਹਨਾਂ ਸ਼ੈਤਾਨਾਂ ਦੇ ਪੁੱਤਰਾਂ ਨੂੰ ਇਕੱਠੇ ਕਰਕੇ ਮੈਂ ਜਲਾਵਾਂਗਾ। ਇਹ 2000 ਸਾਲ ਬਾਅਦ ਇਹਨਾਂ ਦਾ ਇਜ਼ਰਾਈਲ ਬਣਿਆਗਾ, ਇਹਨਾਂ ਨੂੰ ਇਕੱਠੇ ਕੀਤਾ ਜਾ ਰਿਹਾ ਹੈਗਾ ਐਟੋਮਿਕ ਬੰਬ 'ਤੇ ਜਲਾਉਣ ਲਈ, ਅਤੇ ਐਟੋਮਿਕ ਬੰਬ ਚੱਲਣਗੇ 2023 'ਚ ਜਦੋਂ ਇਜ਼ਰਾਈਲ 75 ਸਾਲ ਦਾ ਹੋਇਆ। ਇੱਕਦਮ ਅਚਾਨਕ ਆ ਜਾਣਾ, ਜਿੱਦਾਂ
ਨੋਆ ਦਾ ਦੱਸਿਆ ਸੀ ਵੀ ਤੂਫਾਨ ਆਇਆ ਸੀ ਜਦੋਂ ਐਟੋਮਿਕ ਬੰਬ ਚੱਲੇ ਉਦੋਂ ਜਿਹੜੀ ਬਰਫ਼ ਹੈਗੀ ਨਾ ਆਪਣੇ ਟੋਪ 'ਤੇ ਅਰਥ ਅਰਥਕੇ ਉਹ ਸਾਰੀ ਪਿਘਲੇਗੀ ਨਾ ਜਦੋਂ ਪਿਘਲੀ ਤਾਂ ਸਮੁੰਦਰ ਦਾ ਪਾਣੀ ਉੱਚਾ ਹੋਏਗਾ ਅਤੇ ਹੜ੍ਹ ਆਉਣਗੇ ਹੜ੍ਹ ਨਾਲ ਕਈ ਦੁਨੀਆ ਦੇਖਿਆ ਕਿੱਦਾਂ ਗਰਕ ਹੁੰਦੀ ਜਿਹੜੇ ਬਚਣਗੇ ਉਹ ਹੋਣਗੇ ਜਿਹੜੇ ਆਪਣੀ ਕੌਮ ਨਹੀਂ ਭੁੱਲਣਗੇ ਉਹਦੇ ਬਾਰੇ ਲਿਖਿਆ ਬੀਓ ਬੀਜ ਪੱਤ ਲੈ ਗਿਆ ਅਬ ਕਿਉਂ ਉਗੇ ਤਾਲ ਆਪਣੀ ਕੌਮ ਨਾ ਭੁੱਲੋਗੇ ਤਾਂ ਤੁਸੀਂ ਪੱਤ ਨਾਲ ਆਓਗੇ ਜਦੋਂ 1947 ਵਿੱਚ ਮੇਰੇ ਫਾਦਰ ਨੂੰ ਇਹ ਸਾਰਾ ਇਲਮ ਸੀਗਾ ਅਤੇ ਉਹਨਾਂ ਨੇ ਪਿੰਡਾਂ 'ਚ ਦੱਸਿਆ ਲੋਕਾਂ ਨੂੰ ਵੀ ਤੁਸੀਂ ਆਪਣੀ ਕੌਮ ਨਾ ਬਦਲੋ ਕੌਮ ਸਾਡੀ ਜੱਟ ਹੈਗੀ ਜੇ ਤੁਸੀਂ ਸਿੱਖ ਕੌਮ ਬਣਾ ਲਈ ਤਾਂ ਜੱਟ ਪਿਓ ਨੇ ਜੁੱਤੀ ਖੋਲ੍ਹ ਕੇ ਤੁਹਾਨੂੰ ਘਰੋਂ ਬਾਹਰ ਕੱਢ ਦੇਣਾ ਹੈਗਾ ਅਤੇ ਉਹੀ ਹੋਇਆ ਸੀ ਨਾ ਘਰੋਂ ਬਾਹਰ ਕੱਢ ਦਿੱਤਾ ਅਤੇ ਗੁਰਦੁਆਰੇ ਗਏ ਨਾਨੀ ਕਹਿੰਦਾ ਤੂੰ ਆਪਣੇ ਪਿਓ ਦਾ ਤਾਂ ਬਣਿਆ ਨਹੀਂ ਮੇਰਾ ਕਿਉਂ ਬਣ ਜਾ ਤਾਂ ਉਹਨੇ ਥੋ ਉਹਨੇ ਵੀ ਛਿੱਤਰ ਮਾਰੇ ਅਤੇ ਕੱਢ ਦਿੱਤੇ ਬਾਹਰ ਫਿਰ ਯਤੀਮ ਬਣ ਕੇ ਆਏ ਬਗੈਰ ਪਿਓ ਦੇ ਤੁਸੀਂ ਯਤੀਮ ਹੈਗੇ ਜੱਟ ਕੌਮ ਸਾਂਭੋ ਆਪਣੀ ਜੇ ਜੱਟ ਕੌਮ ਨਾ ਸਾਂਭੀ ਨਾ ਵੋਟ ਨੂੰ ਦਿੱਤੀ ਨਾ ਪੋਲੀਟੀਕਲ ਪਾਰਟੀ 'ਚ ਹਿੱਸਾ ਲਿਆ ਜੱਟ ਕਰਕੇ ਤਾਂ ਤੁਸੀਂ ਇੱਕ ਯਤੀਮ ਹੈਗੇ ਆ ਯਤੀਮ ਦਾ ਕੋਈ ਰਿਫਿਊਜੀ ਕੋਈ ਉਹਦਾ ਨਾ ਜ਼ਮੀਨ ਹੈਗੀ ਨਾ ਘਰ ਨਾ ਘਾਟ ਹੈਗਾ ਆਪਣਾ ਘਰ ਘਾਟ ਸਾਂਭੋ ਪੰਜਾਬ ਜੱਟਾਂ ਦਾ ਘਰ ਹੈਗਾ ਹਿੰਦੂਆਂ ਦਾ ਨਹੀਂ ਹੈਗਾ ਸਿੱਖਾਂ ਦਾ ਨਹੀਂ ਹੈਗਾ ਮੁਸਲਮਾਨਾਂ ਦਾ ਨਹੀਂ ਹੈਗਾ ਉਹ ਤਾਂ ਰੂਹ ਹੈਗੀ ਅੰਦਰ ਜਿਹੜਾ ਹੈਗਾ ਸਿੱਖਾਂ ਦੀਆਂ ਮਸੀਤ ਸਿੱਖਾਂ ਦੇ ਗੁਰਦੁਆਰੇ ਮਸੀਤ ਮੁਸਲਮਾਨਾਂ ਦੀ ਮਸੀਤਾਂ ਅਤੇ ਹਿੰਦੂਆਂ ਦੇ ਮੰਦਰ ਇਹ ਹੈਗਾ ਇਹ ਜ਼ਿਆਦਾ ਡੂੰਘਾਈ 'ਚ ਜਾਣ ਲਈ ਹੈਗਾ ਪਰ ਤੁਸੀਂ ਇਹ ਸਮਝ ਲਓ ਵੀ ਜਿਹੜੇ ਨਾ ਜੱਟਕੀ ਬੋਲੀ ਹੈਗੀ ਕਾਰੋਬਾਰ ਜੱਟ ਦਾ ਰਾਖੀ ਵੀ ਜੱਟ ਨੇ ਕਰਨੀ ਹੈਗੀ ਅਕਾਲੀ ਦਲ ਨੇ ਨਹੀਂ ਕਰਨੀ ਮੁਸਲਿਮ ਲੀਗ ਨੇ ਨਹੀਂ ਕਰਨੀ ਜੇ ਉਹਨਾਂ ਨੂੰ ਦਿੱਤੀ ਤਾਂ ਆਪਣਾ ਬੋਧਾ ਜਿਹੜਾ ਨਾ ਤੁਸੀਂ ਉਹਨਾਂ ਦੇ ਹੱਥ ਫੜਾ ਦਿੱਤਾ ਉਹਨਾਂ ਨੇ ਤੁਹਾਨੂੰ ਖੂਹ ਝੰਡੂਲਣਾ ਹੈਗਾ ਅਤੇ ਇੱਕ ਦੋ ਨੂੰ ਮਰਵਾਉਣਾ ਹੈਗਾ ਜਿੱਦਾਂ 1947 'ਚ ਮਰਵਾਇਆ ਸੀ ਤਾਂ ਹੁਣ 1984 'ਚ ਅਤੇ ਹੋਰ ਵੀ ਇੱਥੇ ਬਹੁਤ ਗੜਬੜ ਹੋਣੀ ਦੁਨੀਆ 'ਚ ਮਜ਼ਹਬ ਦੇ ਨਾਂ 'ਤੇ ਇਸ ਕਰਕੇ ਦੁਨੀਆ 'ਚ ਮਜ਼ਹਬੀ ਜਿਹੜਾ ਰੰਗ ਹੈਗਾ ਉਹ ਇੱਕ ਕਮੀਜ਼ ਹੈਗੀ ਇੱਕ ਕਮੀਜ਼ ਲਾ ਕੇ ਦੂਜੀ ਕਮੀਜ਼ ਪਾ ਲਓ ਜਿਸਮ ਤਾਂ ਉਹੀ ਰਹਿੰਦਾ ਨਾ ਜੱਟ ਇਹ ਸਿੱਧੀਆਂ ਸਿੱਧੀਆਂ ਗੱਲਾਂ ਨਾਲ ਆਪਣੇ ਲੋਕਾਂ ਨੂੰ ਸਮਝਾਓ ਕਿ ਅਸੀਂ ਪਹਿਲਾਂ ਜੱਟ ਹੈਗੇ ਹਾਂ ਜਿਹੜਾ ਪੈਦਾ ਹੋਇਆ ਉਹੀ ਮਰੇਗਾ 1984 'ਚ ਇੱਕ ਵੀ ਨਹੀਂ ਸਿੱਖ ਮਰਿਆ ਕਿ ਉਹ ਸਿੱਖ ਹੈਗਾ ਬੋਲਿਆ ਪਤਾ ਲੱਗਦਾ ਕੀ ਸਿੱਖਿਆ ਨਾਦੀ ਰੂਪ ਇਹਨੂੰ ਕਹੀਦਾ ਨਾਦੀ ਮੈਂ ਨਾ ਆਵਾਜ਼ ਤੋਂ ਪਤਾ ਲੱਗਦਾ ਜਿਹੜਾ ਮੇਰਾ ਬਿੰਦੀ ਹੈਗਾ ਨਾ ਬਿੰਦੀ ਤੁਖਮ ਹੈਗਾ ਨਾ ਤੁਖਮ ਬਿੰਦੀ ਰੂਪ ਉਹ ਮੇਰਾ ਜੱਟ ਹੈਗਾ ਜੱਟ ਪੈਦਾ ਹੋਇਆ ਜੱਟ ਹੀ ਮਰੇਗਾ ਨਾ ਅਤੇ 1984 'ਚ ਕਿੰਨੇ ਸਿੱਖ ਮਰੇ ਫਿਰ ਇੱਕ ਵੀ ਨਹੀਂ ਸਿੱਖ ਮਰਿਆ ਜੀਉ ਇਹ ਵੀ ਸਪਿਰਚੁਅਲ ਸੈਲਫ ਹੈਗਾ ਜੀਉ ਹਿੰਦੂ ਸਿੱਖ ਕ੍ਰਿਸਚਨ ਮੁਸਲਿਮ ਇਹ ਸਾਰੇ ਸਪਿਰਚੁਅਲ ਸੈਲਫ ਹੈਗੇ ਨੇ ਇੰਨਾ ਜੰਮਿਆ ਅਤੇ ਨਾ ਮਰਿਆ ਯਾਨੀ ਕਿ ਹੋਲੋਕਾਸਟ 'ਚ ਇੱਕ ਵੀ ਨਹੀਂ ਜੀਉ ਮਰਿਆ ਕਿਸੇ ਨਾਲ ਗੱਲ ਕਰਕੇ ਦੇਖ ਲਓ ਵੀ ਕਿੰਨੇ ਜੀਉ ਮਰੇ ਸੀਗੇ ਉਹ ਕਹਿਣਗੇ 4 ਮਿਲੀਅਨ 5 ਮਿਲੀਅਨ ਜੇ ਕਹਿ ਦਿਓ ਨਾ ਵੀ ਇੱਕ ਵੀ ਨਹੀਂ ਮਰਿਆ ਉਹ ਤਾਂ ਸਪਿਰਚੁਅਲ ਸੈਲਫ ਦੇਖੋ ਕਿੱਦਾਂ ਉਹਨਾਂ ਨੂੰ ਹੈਰਾਨਗੀ ਹੁੰਦੀ ਹੈਗੀ ਅਤੇ ਜਿਹੜਾ ਜਨੂਨੀ ਹੈਗਾ ਉਹ ਤੁਹਾਡੇ ਥੱਪੜ ਵੀ ਮਾਰ ਕੇ ਦਿਖਾ ਦੇਗਾ ਤੁਹਾਨੂੰ ਜਿੱਦਾਂ ਕਹੋ ਗੁਰਦੁਆਰੇ 'ਚ ਵੀ ਇਸੇ 1984 'ਚ ਇੱਕ ਵੀ ਨਹੀਂ ਸਿੱਖ ਮਰਿਆ ਉੱਥੇ ਦੇਖੋ ਤੁਹਾਡੇ ਕਿੱਦਾਂ ਸਾਰੇ ਪੈਂਦੇ ਹੱਥ ਚੁੱਕ ਕੇ ਉਹਦੇ 'ਤੇ ਪਤਾ ਲੱਗਾ ਉੱਥੇ ਕੋਈ ਵੀ ਨਹੀਂ ਸਿੱਖ ਹੈਗਾ ਸਿੱਖ ਜਿਹੜਾ ਹੁੰਦਾ ਕੁੱਟਮ ਏਕ ਹੁੰਦਾ ਕੋਟਾਂ ਵਿੱਚੋਂ ਏਕ ਸਿੱਖ ਆਮ ਨਹੀਂ ਹੁੰਦਾ ਇਸ ਕਰਕੇ ਤੁਸੀਂ ਜਦੋਂ ਗੱਲ ਕਰਦੇ ਆ ਧਿਆਨ ਨਾ ਕਰਿਆ ਕਰੋ ਜਿਹੜਾ ਆਦਮੀ ਜਿਹਨੂੰ ਆਦਮੀ ਨੂੰ ਨਾਨਕ ਜਿਹੜਾ ਸੀ ਸਤਿਗੁਰੂ ਸੀਗਾ ਜਿਹੜਾ ਗੁਰੂ ਹੁੰਦਾ ਉਹ ਤਨ ਨੂੰ ਸਿੱਖਿਆ ਦਿੰਦਾ ਹੈਗਾ ਮੇਰਾ ਸਾਡੇ ਗੁਰੂ ਜਿਹੜੇ ਹੈਗੇ ਨੇ ਉਹ ਮਾਤਾ ਪਿਤਾ ਅਤੇ ਪੰਡਿਤ ਇਹ 3 ਗੁਰੂ ਹੈਗੇ ਨੇ ਜਿਹੜੇ ਤੁਹਾਨੂੰ ਮੋਰਲ ਸਿੱਖਿਆ ਦਿੰਦੇ ਨੇ ਜਿਹੜਾ ਤੁਹਾਡੀ ਰੂਹ ਨੂੰ ਦਿੰਦਾ ਸਿੱਖਿਆ ਅੱਲਾ ਦੇ ਬਾਰੇ ਅੱਲਾ ਪਾਬ੍ਰਹਮ ਅਤੇ ਐਲੋਹੀਅਮ ਇੱਕੋ ਚੀਜ਼ ਹੈਗੀ ਜਿਹੜਾ ਤੁਹਾਨੂੰ ਅੱਲਾ ਦੇ ਬਾਰੇ ਦਿੰਦਾ ਨਾ ਸਿੱਖਿਆ ਉਹਨੂੰ ਕਹੀਦਾ ਸਤਿਗੁਰੂ ਯਾਨੀ ਜਿਹੜਾ ਮਨ ਨੂੰ ਸਿੱਖਿਆ ਦਿੰਦਾ ਉਹ ਸਤਿਗੁਰੂ ਹੁੰਦਾ ਤਨ ਨੂੰ ਸਿੱਖਿਆ ਦੇਣ ਵਾਲਾ ਗੁਰੂ ਹੁੰਦਾ ਹੈਗਾ ਹੁਣ ਨਾਨਕ ਜਿਹੜਾ ਸੀ ਸਤਿਗੁਰੂ ਸੀਗਾ ਅਤੇ ਜਿਹੜੇ ਸਿੱਖ ਬਣੇ ਫਿੱਟੇ ਪਗੜੀ ਰੱਖ ਲਈ ਅਤੇ ਦਾੜੀ ਰੱਖ ਲਈ ਇਹਦੇ ਨਾਲ ਨਹੀਂ ਸਿੱਖ ਬਣਦਾ ਇਹ ਨਕਲੀ ਸਿੱਖ ਹੈਗੇ ਨਕਲੀ ਸਿੱਖ ਮਾਰੇ ਜਾਣਗੇ ਇੱਦਾਂ ਹੀ ਮੁਸਲਮਾਨ ਜਿਹੜੇ ਉਹ ਵੀ ਨਕਲੀ ਜਿਹੜੇ ਨੇ ਮਾਰੇ ਜਾਂਦੇ
ਤੇ ਇਸ ਕਰਕੇ ਤੁਸੀਂ ਦੇਖ ਲਓ ਵੀ ਕਿੰਨੇ ਕੁ ਸਿੱਖ ਹੈਗੇ ਨੇ ਦੁਨੀਆਂ ਚ, ਕੋਟਨ ਇੱਕ ਸਿੱਖ ਹੁੰਦਾ ਹੈਗਾ। ਤੇ ਜਿਹੜੀ ਸੁਨਤ ਕੀਤੀ ਹੈਗੀ, ਸੁਨਤ ਜਿਹੜੀ ਹੈਗੀ ਇਹ ਜਿਹੜੇ ਜੂ ਸੀਗੇ ਨਾ ਉਹਨਾਂ ਨੇ ਇਹ ਸਾਰੀ ਚਲਾਇਆ ਹੋਇਆ ਦੁਨੀਆਂ ਚ। ਸੁਨਤ ਜਿਹੜੇ ਸੀ ਟ੍ਰਾਈਬਲ ਵਾਰਕ ਸੀਗਾ ਇਬਰਾਹਿਮ ਦਾ ਆਈਲਿਕ ਨੂੰ, ਸਿਰਫ ਆਈਲਿਕ ਦੇ ਮੁੰਡੇ ਜਿਹੜੇ ਸੀਗੇ ਉਹੀ ਸੁਨਤ ਕਰ ਸਕਦੇ, ਹੋਰ ਨਹੀਂ ਕੋਈ ਕਰ ਸਕਦਾ। ਉੱਥੇ ਉਹਨਾਂ ਦਾ ਮੰਦਰ ਹੁੰਦਾ ਸੀ ਜਿਹੜਾ ਜਰੂਸਲਮ ਸਾਰਿਆਂ ਨੂੰ ਦੁਨੀਆਂ 'ਚ ਪਾਕ ਹੁੰਦਾ ਸੀਗਾ। ਉੱਥੇ ਜਿਹੜੇ ਸੀਗੇ ਨਾ ਰੱਬ ਆਈ, ਉਹਨਾਂ ਨੇ ਦੂਜਿਆਂ ਨੂੰ ਵੀ ਸੁਨਤ ਕਰਕੇ ਤਾਂ ਇਬਰਾਹਿਮ ਦੇ ਪੁੱਤਰ ਬਣਾ ਦਿੱਤਾ। ਜਿਹੜੇ ਕੋਈ ਏਰੀਅਨ ਸੀਗਾ ਕੋਈ ਨੀਗਰੋ ਸੀਗਾ ਉਹਨਾਂ ਨੂੰ ਬਣਾ ਦਿੱਤਾ। ਤੇ ਉੱਥੇ ਸਟੀਵਨ ਗਿਆ ਸੀ ਉਹਨਾਂ ਦੇ ਮੰਦਰ 'ਚ, ਉਹਨਾਂ ਨੂੰ ਦੱਸਣ ਵੀ ਨਕਲੀ ਨਾ ਬਣਾਓ ਤੁਸੀਂ, ਉਹਨੂੰ ਮਾਰ ਦਿੱਤਾ। ਅੱਜ ਉਹਨਾਂ ਨਕਲੀਆਂ ਨੇ ਇਹਨਾਂ ਨੂੰ ਅੱਜ ਮਾਰਨਾ ਹੈਗਾ ਇਰਾਨ 'ਚ। ਇਰਾਨ ਇੱਕ ਨੰਬਰ ਦਾ ਦੁਸ਼ਮਣ ਹੈਗਾ ਇਜ਼ਰਾਈਲ ਦਾ। ਅੱਗੇ ਮੇਰੇ ਵੀਡੀਓ ਦੇਖੋ।